ਕਿਤੇ ਰੁਕ ਜਾਈਦਾ ਵਾ। ਦੇਖੋ ਭਾਜੀ ਦੇਖੋ ਸਾਰਾ ਕੁਛ ਜਿਹੜਾ ਵੀ ਬੂਟਾ ਤੋਂ ਲੈ ਕੇ ਉੱਪਰ ਤੱਕ ਦੇਖੋ ਜਾਕਟ ਵਗੈਰਾ। ਮੈਂ ਕਿਹਾ ਭਾਜੀ ਤਾਂ ਪਰਸਨੈਲਿਟੀ ਅਲੱਗ ਕੱਢੀ ਹੋਈ ਆ। ਮੈਂ ਕਿਹਾ ਗਾਇਕ ਹੋ, ਕਹਿੰਦੇ ਗਾਇਕ ਹੀ ਆ, ਅਸੀਂ ਬਲੌਗਰ ਵੀ ਹੈਗੇ ਹਾਂ, ਸਾਡਾ ਕਹਿੰਦੇ ਬੜਾ ਕੁਛ ਪਿਆ ਯੂਟਿਊਬ 'ਤੇ ਸੋਸ਼ਲ ਮੀਡੀਆ 'ਤੇ। ਅਤੇ ਮੈਂ ਕਿਹਾ ਭਾਜੀ ਜਿਹੜਾ ਆਪਣਾ ਨਾਂ ਦੱਸੋ ਪਹਿਲੇ। ਬਾਈ ਜੀ ਮੇਰਾ ਨਾਮ ਆ ਜੋਜੋ ਧੂਰਕੋਟੀਆ। ਅੱਛਾ ਜੀ, ਯੂਟਿਊਬ 'ਤੇ ਚੈੱਕ ਕਰ ਸਕਦੇ ਹੋ ਬਾਈ, ਮੈਂ ਇੱਕ ਸਮਾਜ ਸੇਵੀ ਵੀ ਹਾਂ। ਹਾਂਜੀ, ਐਜ਼ ਏ ਵਿਲਨ ਉਹਨਾਂ ਗਾਣੇ ਫਿਲਮਾਂ 'ਚ ਸਾਰਾ ਕੁਛ ਹਜ਼ਾਰ ਰੁਪਏ ਦੇਵਾਂਗੇ, ਘਰ ਘਰ ਬਹੁਤ ਚੀਜ਼ਾਂ ਕਰੀਆਂ ਨੇ ਉਹਨੇ, ਤੁਹਾਡੇ ਸਾਹਮਣੇ ਕੁਝ ਨਹੀਂ ਹਰੇ। ਹਜ਼ਾਰ ਹਜ਼ਾਰ ਮਿਲ ਗਿਆ ਫਿਰ ਤਾਂ ਜਿਤਾ ਦਾਂਗੇ ਇਹਨਾਂ ਨੂੰ, ਸਾਹਮਣੇ ਹੈ ਤੁਹਾਡੇ ਸਾਰਾ ਕੁਝ ਜੀ। ਹਜ਼ਾਰ ਮਾਰ ਗਏ ਨੇ ਆਪਣਾ ਇਹ, ਜਿਵੇਂ ਪਹਿਲਾਂ ਕਹਿੰਦੇ ਦੂਸਰੀਆਂ ਪਾਰਟੀਆਂ ਝੂਠ ਬੋਲ ਕੇ ਜਿੱਤੀਆਂ ਨੇ, ਕਹਿੰਦੇ ਨੇ ਨਾ ਅਕਾਲੀ ਐਂ ਬੋਲਦੇ, ਕਾਂਗਰਸ ਐਂ ਬੋਲਦੇ ਸੀ, ਇਹਨਾਂ ਨੇ ਹੁਣ ਤੁਹਾਡੇ ਸਾਹਮਣੇ ਦੇਖ ਲਓ ਕੀ ਕੁਛ ਕਰਿਆ, ਉਹਨਾਂ ਕਿਹੜੇ ਵਾਅਦੇ ਕਰੇ ਸੀ ਕੀ ਕਰਿਆ, ਕੋਈ ਕੰਮ ਨਹੀਂ ਹੋਇਆ ਹਲੇ ਤੱਕ। ਨਾ ਨਾ ਨਾ, ਬਸ ਜਾਣ ਕੇ ਵੋਟਾਂ ਲੈ ਕੇ ਕੁਰਸੀ ਲੈਣੀ ਸੀ, ਕੁਰਸੀ ਮਿਲ ਗਈ। ਬਿਲਕੁਲ ਜੀ, ਕੁਰਸੀ ਇਹਨੂੰ ਮਿਲ ਗਈ, ਤੁਹਾਡੇ ਸਾਹਮਣੇ ਹੈ ਜੀ ਬਾਈ ਜੀ, ਹੈ ਨਾ। ਤੁਹਾਡਾ ਕਿਹੜਾ ਪਿੰਡ ਹੈ? ਧੂਰਕੋਟ ਪਿੰਡ ਹੈ ਜੀ ਮੇਰਾ, ਜੋਜੋ ਧੂਰਕੋਟੀ ਆ ਮੇਰਾ ਨਾਮ। ਧੂਰਕੇੜਾ ਲੁਧਿਆਣੇ 'ਚ ਹੈ? ਲੁਧਿਆਣੇ ਜ਼ਿਲ੍ਹੇ 'ਚ ਹੈ ਜੀ। ਅੱਛਾ ਅੱਛਾ, ਅੱਛਾ ਅਹਿਮਦਗੜ੍ਹ ਦੇ ਨਾਲ ਹੀ ਹੈਗਾ। ਮਾਹੌਲ ਬੜੇ ਬੜੇ ਕਾਂਗਰਸੀ ਆਏ ਨੇ, ਤੇ ਉਸ ਤੋਂ ਬਾਅਦ ਬਲੌਗਰ ਜਾਂ ਯੂਟਿਊਬਰ ਜਾਂ ਸੋਸ਼ਲ ਵਰਕਰ ਵੀ ਇੱਥੇ ਆਏ ਨੇ, ਤੇ ਵਿਲਨ ਦਾ ਰੋਲ ਕਰਦੇ ਨੇ ਅਲੱਗ ਅਲੱਗ ਜਿਹੜੇ ਵੀ ਮਿਲਦੇ ਇਹਨਾਂ ਨੂੰ ਰੋਲ। ਤੇ ਅੱਜ ਇੱਥੇ ਆਏ ਸਨ ਧੂਰਕੋਟੀ ਸਾਹਿਬ। ਧੂਰਕੋਟੀ ਸਾਹਿਬ ਨਮਸਕਾਰ, ਤੁਹਾਡੇ ਪਰਸਨੈਲਿਟੀ ਦੇਖ ਕੇ ਅਸੀਂ ਤੁਹਾਨੂੰ ਰੋਕੇ ਪਏ, ਮੁੜ ਤਾਂ ਤੁਸੀਂ ਐਵੇਂ ਢਾਲੇਗਾ ਨਾ? ਨਾ ਨਾ ਜੀ, ਹਾਂ ਮੈਂ ਤਾਂ ਇੱਕ ਭਾਈ ਹਾਂ, ਨਾਲੇ ਆਪਾਂ ਕੌਣ ਆ ਜੀ? ਹਾਂ ਮੈਂ ਤਾਂ ਇੱਕ ਮੰਦਰ ਬਾਈ, ਤੋਂ ਦੋ ਪਾਈਆਂ ਹੋਈਆਂ ਧੂਰਕੋਟੀ, ਬਸ ਹੈ ਬੱਲੇ ਬੱਲੇ ਹੈ। ਚੱਲ ਠੀਕ ਹੈ, ਬੱਲੇ ਓਕੇ।